ਹਾਂਜੀ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਸਿੱਧੂ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਪੇਪਰ ਹੋਇਆ ਹੈ ਹੈੱਡ ਕਨਸਟੇਬਲ ਦਾ 15 ਅਕਤੂਬਰ ਨੂੰ ਕੰਪਿਊਟਰ ਦੇ ਕੁਐਸਚਨ ਕਿਵੇਂ ਦੇ ਆਏ ਸੀ ਸੋ ਮੈਨੂੰ ਬਹੁਤ ਸਾਰੇ ਸਟੂਡੈਂਟ ਦੇ ਮੈਸੇਜ ਆ ਰਹੇ ਆ ਵੀ ਪੇਪਰ ਬਹੁਤ ਵਧੀਆ ਆਇਆ ਸੀ ਆਪਣੇ ਕਰਾਇਜੂ ਆਇਆ ਸੀ ਕੁਐਸਚਨ ਸੌਖੇ ਆਏ ਸੀ ਔਖੇ ਹੈ ਨਹੀਂ ਸੀ ਠੀਕ ਹੈ ਸੋ ਆਪਾਂ ਡਿਸਕਸ ਕਰਦੇ ਹਾਂ ਕੁਐਸਚਨ ਹੋ ਸਕਦਾ ਹੈ ਕਿ ਕੱਲ ਵਾਲੇ ਪੇਪਰ ਦੇ ਵਿੱਚ ਸਬ ਇਨਸਪੈਕਟਰ ਦੇ ਪੇਪਰ ਦੇ ਵਿੱਚ ਆਪਾਂ ਨੂੰ ਹੈਲਪ ਹੋ ਸਕੇ ਠੀਕ ਹੈ ਸੋ ਇਹਦੇ ਵਿੱਚ ਮੈਂ ਲਿੰਕ ਦਿੱਤਾ ਹੈ ਤੁਹਾਨੂੰ ਤੁਸੀਂ ਜਾ ਕੇ ਇੱਕ ਵੀਡੀਓ ਮੈਂ ਹੋਰ ਪਾਈ ਸੀ ਦਿਨੇ ਜਿਹਦੇ ਵਿੱਚ ਆਪਾਂ ਡੈਡਲੌਕ ਡਿਲੀਟ ਤੇ ਡ੍ਰੌਪ ਬਾਰੇ ਗੱਲਬਾਤ ਕੀਤੀ ਸੀ ਉਹ ਕੱਲ੍ਹ ਵਾਲੇ ਪੇਪਰ ਦੇ ਵਿੱਚ ਆਇਆ ਸੀਗਾ ਇੰਟੈਲੀਜੈਂਟ ਕਨਸਟੇਬਲ ਵਾਲੇ ਦੇ ਵਿੱਚ ਡਿਲੀਟ ਤੇ ਡ੍ਰੌਪ ਤੇ ਡੈਡਲੌਕ ਵਾਲਾ ਉਹ ਟੌਪਿਕ ਵੀ ਤੁਸੀਂ ਦੇਖ ਸਕਦੇ ਹੋ ਜਿੰਨੇ ਸਟੂਡੈਂਟਸ ਨੇ ਨਹੀਂ ਦੇਖਿਆ ਸੋ ਆਪਾਂ ਗੱਲਬਾਤ ਕਰਦੇ ਹਾਂ ਕਿਵੇਂ ਦੇ ਕੁਐਸਚਨ ਪੁੱਛੇ ਗਏ ਸੀ ਠੀਕ ਹੈ ਇਹ ਮੇਰਾ ਪ੍ਰੋਫਾਈਲ ਹੈ ਬੀਟੈਕ ਕੈਮਟੈਕ ਪੀਐਚਡੀ ਆਮ 4 ਟਾਈਮ ਗੇਟ ਕੁਆਲੀਫਾਈਡ ਯੂਜੀਸੀ ਨੈਟ ਕੁਆਲੀਫਾਈਡ ਐਂਡ ਆਈ ਹੈਵ 8 ਇਅਰ ਟੀਚਿੰਗ ਐਕਸਪੀਰੀਅੰਸ ਠੀਕ ਹੈ ਸੋ ਬੜੇ ਸੌਖੇ ਕੁਐਸਚਨ ਆਏ ਸੀ ਜਿਵੇਂ ਪੇਸਟ ਸ਼ਾਰਟਕਟ ਕੀ ਤੇ ਆਇਆ ਸੀ ਪੇਸਟ ਲਈ ਆਪਾਂ ਨੂੰ ਪਤਾ ਹੈ ਵੀ ਕੰਟਰੋਲ ਵੀ ਹੁੰਦਾ ਇਹ ਮੈਂ ਤੁਹਾਨੂੰ ਦੱਸਿਆ ਹੋਇਆ ਸੀ ਹੈਨਾ ਕੰਟਰੋਲ ਸੀ ਕਾਪੀ ਦੇ ਲਈ ਕੱਟ ਦੇ ਲਈ ਕੰਟਰੋਲ ਐਕਸ ਤੇ ਪੇਸਟ ਦੇ ਲਈ ਕੰਟਰੋਲ ਵੀ ਤੇ ਅੰਡੂ ਦੇ ਲਈ ਕੰਟਰੋਲ ਜੈਡ ਤੇ ਰੀਡੂ ਦੇ ਲਈ ਕੰਟਰੋਲ ਬਾਈ ਬਹੁਤ ਸੌਖੀਆਂ ਸੀ ਇਹਨਾਂ 'ਚੋਂ ਪੁੱਛਿਆ ਗਿਆ ਸੀ ਅਲਾਈਨਮੈਂਟ ਵਾਲਾ ਵੀ ਮੈਂ ਤੁਹਾਨੂੰ ਬਹੁਤ ਕੁਐਸਚਨ ਕਰਾਏ ਸੀ ਮੈਂ ਤੁਹਾਨੂੰ ਕਿਹਾ ਵੀ ਸੀ ਵੀ ਇਹ ਪੁੱਛੇ ਜਾਣਗੇ ਹੈਨਾ ਸੋ ਇਹਦਾ ਪੁੱਛਿਆ ਸੀ ਅਲਾਈਨਮੈਂਟ ਦਾ ਇਹਦੇ ਲਈ ਰਾਈਟ ਅਲਾਈਨਮੈਂਟ ਪੁੱਛਿਆ ਸੀ ਇਹਨੇ ਰਾਈਟ ਅਲਾਈਨਮੈਂਟ ਠੀਕ control r ਬਾਕੀ ਸਟੂਡੈਂਟਸ ਨਹੀਂ ਦੱਸੇ ਨੇ ਮੈਨੂੰ ਹੋ ਸਕਦਾ ਥੋੜਾ ਬਹੁਤ ਅੱਗੇ ਪਿੱਛੇ ਹੋ ਜੇ ਤੇ ਜੇਕਰ ਤੁਸੀਂ ਵੀਡੀਓ ਦੇਖ ਰਹੇ ਹੋ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਕਿੰਨੇ ਠੀਕ ਨੇ ਜਾਂ ਕੋਈ ਜਿਹੜੇ ਕੁਐਸਚਨ ਜਿਹੜੇ ਰਹਿ ਗਏ ਉਹਨਾਂ ਬਾਰੇ ਦੱਸ ਸਕਦੇ ਹੋ ਵੀ ਕਿਹੜਾ-ਕਿਹੜਾ ਪੁੱਛਿਆ ਸੀ ਠੀਕ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਕਿੰਨੇ ਠੀਕ ਨੇ ਤਾਂ ਜੇ ਰਾਈਟ ਤੇ ਲਾਈਨ ਕਰਨਾ ਤਾਂ control r ਲੈਫਟ ਦੇ ਲਈ control l ਤੇ ਜੇ ਕਰਨਾ ਆਪਾਂ ਸੈਂਟਰ ਅਲਾਈਨ ਤਾਂ control e ਤੇ ਜਸਟੀਫਾਈ ਦੇ ਲਈ control j ਠੀਕ ਹੈ ਸੋ ਨਹੀਂ ਤਾਂ ਇਕੱਲੇ ਆਪਾਂ ਅਨਸਰ ਹੀ ਦੱਸ ਦੰਦੇ ਕੱਲ ਨੂੰ ਵੀ ਪੇਪਰ ਦੇਣਾ ਤੁਸੀਂ ਉਹਦੇ 'ਚ ਹੈਲਪ ਹੋ ਸਕੋ ਸੋ ਐਮ ਐਮ ਐਸ ਦੀ ਐਬ੍ਰੀਵੀਏਸ਼ਨ ਪੁੱਛੀ ਸੀ ਬਹੁਤ ਸੌਖੀ ਸੀ ਮਲਟੀਮੀਡੀਆ ਸਰਵਿਸ ਹਨਾ ਐਮ ਐਮ ਐਸ ਦੀ ਮਲਟੀਮੀਡੀਆ ਸਰਵਿਸ ਸਿਮ ਦੀ ਪੁੱਛ ਸਕਦਾ ਹੈ ਸਬਸਕ੍ਰਾਈਬਰ ਆਈਡੈਂਟੀਟੀ ਮੋਡਿਊਲ ਠੀਕ ਹੈ ਸਬਸਕ੍ਰਾਈਬਰ ਆਈਡੈਂਟੀਟੀ ਮੋਡਿਊਲ ਠੀਕ ਹੈ ਜੀ ਸੋ ਓ ਟੀ ਪੀ ਦੀ ਪੁੱਛੀ ਸੀ ਵਨ ਟਾਈਮ ਪਾਸਵਰਡ ਬੜਾ ਸੌਖਾ ਸੀ ਹਨਾ ਇਹਦੇ ਨਾਲ ਲੱਗਦਾ ਫੋਨ 'ਚੋ ਹੀ ਪੁੱਛ ਸਕਦਾ ਹੁੰਦਾ ਇੱਕ ਹੋਰ ਆਈ ਐਮ ਈ ਆਈ ਮੈਂ ਬਹੁਤ ਵਾਰੀ ਦੱਸਿਆ ਹੋਇਆ ਹੈ ਇੰਟਰਨੈਸ਼ਨਲ ਮੋਬਾਈਲ ਇਕੁਪਮੈਂਟ ਆਈਡੈਂਟੀਟੀ ਤੇ ਇੱਕ ਆਈ ਐਮ ਐਸ ਆਈ ਹੁੰਦਾ ਹੈ ਇੰਟਰਨੈਸ਼ਨਲ ਮੋਬਾਈਲ ਸਬਸਕ੍ਰਾਈਬਰ ਆਈਡੈਂਟੀਟੀ ਠੀਕ ਹੈ ਇੱਕ ਇਹਦੇ ਨਾਲ ਲੱਗਦੀ ਸਿਮ ਦੇ ਨਾਲ ਐਸ ਐਮ ਐਸ ਦੀ ਵੀ ਪੁੱਛ ਲੈਂਦਾ ਸ਼ਾਰਟ ਮੈਸੇਜ ਸਰਵਿਸਿਜ਼ ਸਬਸਕ੍ਰਾਈਬਰ ਆਈਡੈਂਟੀਟੀ ਮੋਡਿਊਲ ਮਲਟੀਮੀਡੀਆ ਸਰਵਿਸ ਤੇ ਸ਼ਾਰਟ ਮੈਸੇਜ ਸਰਵਿਸ ਠੀਕ ਹੈ ਜੀ ਯਾਦ ਰੱਖਣੀ ਹੈ ਇਹ ਗੱਲ ਤੇ ਮਾਊਸ ਇਨਵੈਂਟਡ ਇਨ ਵਿੱਚ ਜਨਰੇਸ਼ਨ ਮਾਊਸ ਕਹਿੰਦਾ ਕਿਹੜੀ ਜਨਰੇਸ਼ਨ ਦੇ ਵਿੱਚ ਇਨਵੈਂਟ ਹੋਇਆ ਸੀ ਫੋਰਥ ਜਨਰੇਸ਼ਨ ਦੇ ਵਿੱਚ ਕੀਬੋਰਡ ਆ ਜਿਹੜਾ ਥਰਡ ਜਨਰੇਸ਼ਨ ਦੇ ਵਿੱਚ ਤੇ ਮਾਊਸ ਆ ਜਿਹੜਾ ਫੋਰਥ ਜਨਰੇਸ਼ਨ ਚ 1973 ਦੇ ਵਿੱਚ ਆਪਾਂ ਨੂੰ ਪਤਾ ਹੈ ਚੌਥੀ ਜਨਰੇਸ਼ਨ ਹੈ ਜਿਹੜੀ ਉਹ 72 ਤੋਂ ਸਟਾਰਟ ਹੁੰਦੀ ਹੈ ਤਾਂ 1973 ਦੇ ਵਿੱਚ ਸੀਗਾ ਤਾਂ ਇਹ ਚੌਥੀ ਜਨਰੇਸ਼ਨ ਦੇ ਵਿੱਚ ਹੋ ਗਿਆ ਮਾਊਸ ਕਲੀਅਰ ਹੈ ਜੀ ਫਾਸਟ ਪ੍ਰਿੰਟਰ ਪੁੱਛਿਆ ਸੀ ਬੜਾ ਸੌਖਾ ਆਪਾਂ ਕੀਤਾ ਹੋਇਆ ਲੇਜ਼ਰ ਪ੍ਰਿੰਟਰ ਹਨਾ ਹੂ ਡਵੈਲਪਡ ਦੀ ਵਿੰਡੋ ኦਪਰੇਟਿੰਗ ਸਿਸਟਮ ਬੜਾ ਸੌਖਾ ਸੀ ਦੇਖੋ ਵਿੰਡੋ ኦਪਰੇਟਿੰਗ ਸਿਸਟਮ ਕਿਹਨੇ ਡਿਵੈਲਪ ਕੀਤਾ ਮਾਈਕਰੋਸਾਫਟ ਨੇ 1985 ਦੇ ਵਿੱਚ ਡੋਸ ਵੀ ਇਹਨਾਂ ਨੇ ਕੀਤਾ ਸੀਗਾ 1981 ਦੇ ਵਿੱਚ ਡੋਸ 1981 ਵਿੰਡੋ 85 ਲਾਈਨਿਕਸ 91 ਤੇ ਵਿੰਡੋ ਐਨਟੀ ਸੀਗੀ 93 ਦੇ ਵਿੱਚ ਠੀਕ ਆ ਕਹਿੰਦਾ ਇਨ 2000 ਮਾਈਕਰੋਸਾਫਟ ਲਾਂਚ ਵਿੱਚ ਵਿੰਡੋ ਕਹਿੰਦਾ 2000 ਦੇ ਵਿੱਚ ਮਾਈਕਰੋਸਾਫਟ ਨੇ ਕਿਹੜੀ ਵਿੰਡੋ ਲਾਂਚ ਕੀਤੀ ਇਹ ਵੀ ਪੁੱਛਿਆ ਸੀ ਜਾਂ ਤਾਂ ਵਿੰਡੋ 2000 ਕਹਿੰਦੇ ਸੀ ਇਹਨੂੰ ਜਾ ਵਿੰਡੋ ਐਨਟੀ ኦਪਰੇਟਿੰਗ ਸਿਸਟਮ ਠੀਕ ਹੈ ਵਿੰਡੋ ਐਨਟੀਪਰੇਟਿੰਗ ਸਿਸਟਮ ਆਪਸ਼ਨ ਹੋਊਗਾ ਇਹਦਾ ਤੁਹਾਡੇ ਕੋਲੇ ਤੇ ਐਚ ਡੀ ਡੀ ਦੀ ਫੁੱਲ ਫਾਰਮ ਇਹ ਸਗੀ ਬੜੀ ਸੌਖੀ ਹਾਰਡ ਡਿਸਕ ਡਰਾਈਵ ਹਨਾ 1 ਜੀਬੀ ਪੁੱਛਿਆ ਗਿਆ ਸੀ 1 ਜੀਬੀ ਕਿ ਕਿੰਨੇ ਐਮਬੀ ਦੇ ਬਰਾਬਰ ਹੁੰਦਾ 1024 ਦੇ ਇਹ ਆਪਾਂ ਨੂੰ ਪਤਾ ਹੀ ਹੈ ਕਿ 1 ਕੇਬੀ ਕੀ ਦੇ ਬਰਾਬਰ ਹੁੰਦਾ 1024 ਬਾਈਟਸ ਦੇ ਤੇ ਜੇ ਇਸੇ ਨੂੰ ਦੋ ਚ ਲਿਖਣਾ ਹੋਵੇ 2 ਦੀ ਪਾਵਰ 10 ਬਾਈਟਸ ਤੇ ਜੇ ਆਪਾਂ 1 ਐਮਬੀ ਲਿਖਦੇ ਆ ਤਾਂ ਇਹ ਲਿਖਾਂਗੇ 1024 ਕੇਬੀ ਦੇ ਇਹਨੂੰ ਲਿਖ ਦਾਂਗੇ 2 ਦੀ ਪਾਵਰ 10 ਬਾਈਟ ਕਿਉਂਕਿ ਆਪਾਂ ਨੂੰ ਪਤਾ ਹੈ ਵੀ 1000 1024 ਨੂੰ ਆਪਾਂ 2 ਦੀ ਪਾਵਰ 10 ਵੀ ਲਿਖ ਸਕਦੇ ਹਾਂ ਤੇ 2 ਦੀ ਪਾਵਰ 9 ਹੁੰਦਾ ਹੈ 512 ਠੀਕ ਹੈ 2 ਦੀ ਪਾਵਰ 8 ਹੁੰਦਾ ਹੈ 256 ਤੇ 1 MB 1024 KB ਜਾਂ ਇਹਨੂੰ ਪਾ ਲਿਖ ਸਕਦੇ ਹਾਂ 1024 1 KB ਦੀ ਵੈਲਿਊ ਪੁੱਟ ਕਰਾਂਗੇ 1024 ਬਾਈਟਸ ਤਾਂ ਇਹ ਬਣ ਜੂ 2 ਦੀ ਪਾਵਰ 10 2 ਦੀ ਪਾਵਰ 10 ਬਾਈਟਸ ਤੇ ਓਵਰਾਲ ਬਣ ਜੂਗਾ 2 ਦੀ ਪਾਵਰ 20 ਬਾਈਟਸ ਠੀਕ ਹੈ ਫਿਰ 1 ਜੀਬੀ ਜਿਹੜਾ ਪੁੱਛਿਆ ਆਪਾਂ ਨੂੰ 1024 ਐਮਬੀ ਡਾਇਰੈਕਟ ਬਣ ਜੂਗਾ 2 ਦੀ ਪਾਵਰ 10 ਐਮਬੀ ਜਾਂ ਸਿੱਧਾ ਸ਼ਾਰਟਕਟ ਲਿਖੂੰਗਾ 2 ਦੀ ਪਾਵਰ b kb ਤੇ 2 ਦੀ ਪਾਵਰ 30 ਬਾਈਟਸ ਠੀਕ ਹੈ ਇੱਕ ਟੀਬੀ ਪੁੱਛ ਲੇ ਜੇ ਉਹ ਹੁੰਦਾ 1024 ਆ ਜੀਬੀ ਦੇ ਜਾਂ 2 ਦੀ ਪਾਵਰ 10 GB ਹਣਾ ਇਹ ਵੀ ਲਿਖ ਸਕਦੇ ਆ ਸ਼ਾਰਟਕਟ ਡਾਇਰੈਕਟ ਲਿਖਾਂ 2 ਦੀ ਪਾਵਰ 20 MB ਦੇ ਤੇ 2 ਦੀ ਪਾਵਰ 30 KB ਦੇ ਤੇ 2 ਦੀ ਪਾਵਰ 40 ਹੋ ਗਿਆ ਡਾਇਰੈਕਟ ਬਾਈਟ ਦੇ ਤਾਂ ਸਿੱਧਾ ਆਪਾਂ ਲਿਖ ਲੈ ਲੈਨੇ ਹੁਣ ਕਿ 1 KB ਕਿਹਦੇ ਬਰਾਬਰ ਹੁੰਦਾ 2 ਦੀ ਪਾਵਰ 10 ਬਾਈਟ ਦੇ 1 MB ਕਿਹਦੇ ਬਰਾਬਰ ਹੁੰਦਾ 2 ਦੀ ਪਾਵਰ 20 ਬਾਈਟ ਦੇ ਤੇ 1 GB ਕਿਹਦੇ ਬਰਾਬਰ ਹੁੰਦਾ 2 ਦੀ ਪਾਵਰ 30 ਬਾਈਟਸ ਦੇ ਤੇ 1 ਟੀਵੀ ਬਰਾਬਰ ਹੁੰਦਾ 2 ਦੀ ਪਾਵਰ 40 ਦੇ ਇਹ ਯਾਦ ਰੱਖਿਓ ਕੱਲ ਨੂੰ ਪੁੱਛੀਆਂ ਜਾ ਸਕਦੀਆਂ ਠੀਕ ਹੈ ਥੋੜਾ ਜਿਹਾ ਲੈਵਲ ਔਖਾ ਪਾਊਗਾ ਨਾ ਕੱਲ ਨੂੰ ਤਾਂ ਕਿੰਨਾ ਔਖਾ ਪਾ ਲੂਗਾ ਯਾਰ ਅਸੀਂ ਵੀ ਕਿਹੜਾ ਘਟਾਂਗੇ ਜਿੱਦ ਤੋਂ ਅਸੀਂ ਵੀ ਪੂਰਾ ਡਿਟੇਲ ਦੇ ਵਿੱਚ ਕੀਤੀਆਂ ਨੇ ਚੀਜ਼ਾਂ ਹਨਾ ਸੋ ਮੈਨੂੰ ਬੱਚਿਆਂ ਦੇ ਬਹੁਤ ਮੈਸੇਜ ਆਏ ਵੀ ਬਾਕੀ ਗੱਲਾਂ ਦੀਆਂ ਗੱਲਾਂ ਬਾਕੀ ਆਉਂਦਾ ਸੀ ਪਤਾ ਨਹੀਂ ਆਉਂਦਾ ਸੀ ਪਰ ਕੰਪਿਊਟਰ ਵਾਲੀਆਂ ਕੁੱਤੀਆਂ ਆਪਾਂ ਤਾਂ ਹੀ ਰੱਖੀਆਂ ਨੇ ਠੀਕ ਹੈ ਸੋ ਕੱਲ ਨੂੰ ਵੀ ਇਹੀ ਗੱਲ ਹੋਣੀ ਚਾਹੀਦੀ ਹੈ ਵੀ ਇਸ ਪੇਪਰ ਦੇ ਵਿੱਚ ਕੰਪਿਊਟਰ ਵਾਲੇ ਦੇ ਵਿੱਚ ਇਹਦੇ ਵੀ ਕੁੱਤੀਆਂ ਆਪਣੀਆਂ ਥੱਲੇ ਨਹੀਂ ਆਉਣੀਆਂ ਚਾ ਤੇ ਜੇ VoIP ਵਾਲੀ ਨਹੀਂ ਦੇਖੀ ਟਾਈਮ ਹੈਗਾ ਤਾਂ ਦੋ ਦੀ ਸਪੀਡ ਤੇ ਲਾ ਕੇ ਉਹ ਵੀ ਉਹਦੇ ਵੀ ਚੱਕਦੇ ਫੱਟੇ ਠੀਕ ਹੈ ਸੋ ਅਗਲਾ ਸੀਗਾ ਕਿ ਕੰਟਰੋਲ ਪਲੱਸ 5 ਐਕਸਲ ਦੇ ਵਿੱਚ ਆ ਦੇਖੋ ਜਿਵੇਂ ਮੇਰਾ ਨਾਮ ਹੈ ਕੁਲਦੀਪ ਸਿੰਘ ਸਿੱਧੂ ਜੇ ਇੱਥੇ ਮੈਂ ਕੰਟਰੋਲ ਪਲੱਸ 5 ਕਰ ਦੂੰਗਾ ਤਾਂ ਇਹ ਆ ਵਾਲਾ ਬਣ ਜਾਊ ਇਹਨੂੰ ਆਪਾਂ ਬੋਲਦੇ ਨੇ ਸਟ੍ਰਾਈਕ ਥਰੂ ਤਾਂ ਸਟ੍ਰਾਈਕ ਥਰੂ ਦੇ ਲਈ ਵਰਤਿਆ ਜਾਂਦਾ ਕੰਟਰੋਲ ਪਲੱਸ 5 ਠੀਕ ਹੈ ਟੋਗਲ ਵੀ ਹੋ ਸਕਦਾ ਟੋਗਲ ਸਟ੍ਰਾਈਕ ਥਰੂ ਅਗਲਾ ਸੀਗਾ ਮਲਟੀਟਾਸਕਿੰਗ ਇਨ ਵਿੱਚ ਜਨਰੇਸ਼ਨ ਮਲਟੀਟਾਸਕਿੰਗ ਕਿਹੜੀ ਜਨਰੇਸ਼ਨ ਦੇ ਵਿੱਚ ਸੀ ਥਰਡ ਜਨਰੇਸ਼ਨ ਸੀ ਇਹ ਮੈਂ ਕਰਵਾਇਆ ਹੋਇਆ ਸੀ ਟਾਈਮ ਸ਼ੇਅਰਿੰਗ ਵੈਸੇ ਆਪਾਂ ਸ਼ਬਦ ਨਹੀਂ ਲਿਖਿਆ ਸੀ ਮਲਟੀਟਾਸਕਿੰਗ ਟਾਈਮ ਸ਼ੇਅਰਿੰਗ ਜਿਹੜਾ ਹੁੰਦਾ ਉਹ ਮਲਟੀਟਾਸਕਿੰਗ ਹੀ ਹੁੰਦਾ ਮੈਂ ਕਰਵਾਇਆ ਸੀ ਚੰਗੀ ਤਰ੍ਹਾਂ ਠੀਕ ਹੈ ਵਿੱਚ ਕੁਸ਼ਨਾਂ ਆ ਦੇ ਕਰਾਇਆ ਹੋਊਗਾ ਸੋ ਵਿੱਚ ਉਹਦੀ ਫੋਲੋਇੰਗ ਇਜ਼ ਕਾਮਨਲੀ ਯੂਜ਼ਡ ਬਾਈ ਪ੍ਰੋਫੈਸ਼ਨਲਜ਼ ਜਿਵੇਂ ਕੱਲ ਕੁਸ਼ਨ ਆਇਆ ਸੀ ਜਿਹੜਾ ਜ਼ਿਆਦਾ ਯੂਜ਼ ਹੁੰਦਾ ਸੋਸ਼ਲ ਮੀਡੀਆ ਉਹਦਾ ਕੱਲ ਤਾਂ ਆਪਾਂ ਅਨਸਰ ਲਾਇਆ ਸੀ ਫੇਸਬੁੱਕ ਅੱਜ ਉਹਨੇ ਨਾਲ ਲੱਗਦਾ ਹੀ ਪੁੱਛ ਲਿਆ ਕਹਿੰਦਾ ਕਾਮਨਲੀ ਯੂਜ਼ਡ ਬਾਈ ਪ੍ਰੋਫੈਸ਼ਨਲਜ਼ ਤਾਂ ਇਹਦਾ ਫਿਰ ਲਿੰਕਡਇਨ ਆ ਜਾਣਾ ਸੀ ਕਿਉਂਕਿ ਲਿੰਕਡਇਨ ਹੈ ਜਿਹੜਾ ਇਹ ਪ੍ਰੋਫੈਸ਼ਨਲ ਨੈਟਵਰਕਿੰਗ ਐਂਡ ਕੈਰੀਅਰ ਡਿਵੈਲਪਮੈਂਟ ਦੇ ਲਈ ਵਰਤਿਆ ਜਾਂਦਾ 2003 ਚ ਬਣਿਆ ਸੀ ਵੀ ਮੈਂ ਕਰਵਾਇਆ ਹੋਇਆ ਸੀ ਕਿਸੇ ਕੁਐਸਚਨ ਚ ਠੀਕ ਹੈ ਡਿਵਾਈਸ ਯੂਜ਼ ਟੂ ਕੈਪਚਰ ਦੀ ਵੀਡੀਓ ਇਨ ਕੰਪਿਊਟਰ ਵੈਬਕੈਮ ਸੀ ਆ ਦੇਖੋ ਲੈਪਟਾਪ ਦੇ ਵਿੱਚ ਐਵੇਂ ਦਾ ਹੁੰਦਾ ਤੇ ਡੈਸਕਟਾਪ ਦੇ ਵਿੱਚ ਇਹ ਵਾਲਾ ਲੱਗਿਆ ਹੁੰਦਾ ਕਲੀਅਰ ਹੋਈ ਗੱਲ ਫਿਰ ਡਿਵਾਈਸ ਯੂਜ਼ਡ ਫਾਰ ਗੇਮਿੰਗ ਗੇਮਿੰਗ ਦੇ ਲਈ ਕਿਹੜਾ ਹੁੰਦਾ ਜੌਇਸਟਿਕ ਇਹ ਵੀ ਬਹੁਤ ਸੌਖਾ ਸੀ 17ਵਾਂ ਕੁਐਸਚਨ ਯੂਨਿਕਸ ਕਮਾਂਡ ਟੂ ਮੂਵ ਡਾਟਾ ਡਾਟਾ ਨੂੰ ਮੂਵ ਕਰਨ ਦੇ ਲਈ ਇਹ ਕਮਾਂਡਸ ਵੀ ਮੈਂ ਤੁਹਾਨੂੰ ਕਿਸੇ ਵੀਡੀਓ ਚ ls ਕਮਾਂਡ ਹੈ ਜਿਹੜੀ ਲਿਸਟ ਕਰਦੀ ਆ ਫਾਈਲਾਂ ਨੂੰ ਤੇ mv ਕਮਾਂਡ ਹੈ ਇਹ ਮੂਵ ਕਰਾਉਂਦੀ ਹੈ ਤੇ ਰੀਨੇਮ ਵਾਸਤੇ ਵੀ ਇਹੀ ਕਮਾਂਡ ਯੂਜ਼ ਕੀਤੀ ਜਾਂਦੀ ਹੈ ਠੀਕ ਹੈ ਮੂਵੇ ਫਾਈਲਜ਼ ਯਾਦ ਰੱਖਣਾ ਕਾਪੀ ਕਰਨਾ ਹੈ ਤਾਂ ਦੂਜੀ ਫਾਈਲ 'ਚੋਂ ਪਹਿਲੀ 'ਚ ਕਾਪੀ ਕਰਨਾ ਤਾਂ cp ਕਮਾਂਡ ਰਿਮੂਵ ਕਰਨੀ ਹੈ ਫਾਈਲ ਤਾਂ ਫਾਈਲ ਦਾ ਨਾਮ ਤੇ rm ਕਮਾਂਡ ਠੀਕ ਹੈ ਸੋ wc ਹੰਦਾ ਵਰਡ ਕਾਊਂਟ ਕਰਦਾ ਕਿਸੇ ਫਾਈਲ 'ਚ ਕਿੰਨੇ ਵਰਡ ਨੇ mkdir ਹੁੰਦਾ ਡਾਇਰੈਕਟਰੀ ਕ੍ਰੀਏਟ ਕਰ ਸਕਦੇ ਆਪਾਂ ਆਹ ਕਮਾਂਡ ਹੈ ਉਹਦਾ ਡਾਇਰੈਕਟਰੀ ਦਾ ਨਾਮ ਜਿਹੜੀ ਕ੍ਰੀਏਟ ਕਰਨੀ ਹੈ ਸਪੋਜ਼ ਕਰੋ ਮੈਂ mkdir ਕੁਲਦੀਪ ਨਾਮ ਦੀ ਡਾਇਰੈਕਟਰੀ ਕ੍ਰੀਏਟ ਕਰ ਰਹੀ ਆ ਤਾਂ mkdir k k u l d i p ਕੁਲਦੀਪ ਤੇ ਜੇ ਉਹ ਡਾਇਰੈਕਟਰੀ ਨੂੰ ਰਿਮੂਵ ਕਰਨਾ ਤਾਂ rm ਫਾਈਲ ਨੂੰ ਰਿਮੂਵ ਕਰਦਾ ਠੀਕ ਆ ਤੇ cd ਕਮਾਂਡ ਚੇਂਜ ਚੇਂਜ ਡਾਇਰੈਕਟਰੀ ਦੇ ਲਈ pwd ਹੁੰਦਾ ਪ੍ਰਿੰਟ ਵਰਕਿੰਗ ਡਾਇਰੈਕਟਰੀ ਠੀਕ ਆ who ਦੱਸਦਾ ਵੀ ਕਿਹੜੇ ਕਿਹੜੇ ਬੰਦੇ ਲੌਗਇਨ ਨੇ who am ਤੇ ਆਪਣਾ ਯੂਜ਼ਰ ਨੇਮ ਦੱਸ ਦਿੰਦਾ ਠੀਕ ਹੈ ਪਾਸਵਰਡ ਪਾਸਵਰਡ ਦੇ ਲਈ ਡੇਟ ਡੇਟ ਦੇ ਲਈ ਕੈਲ ਹੁੰਦਾ ਕੈਲੰਡਰ ਦੇ ਲਈ ਬੜਾ ਸੌਖਾ ਸੀ ਕੰਮ ਹਨਾ ਸੋ ਇਹ ਇੱਕ ਆ ਜਰੂਰ ਯਾਦ ਰੱਖਿਓ ਯਾਰ ਐਮ ਬੀ ਕਮਾਂਡ ਹੈ ਇਹ ਰੀਨੇਮ ਦੇ ਲਈ ਵਰਤੀ ਜਾਂਦੀ ਹੈ ਹੋ ਸਕਦਾ ਕੱਲ ਨੂੰ ਇਹ ਚੀਜ਼ ਪੁੱਛ ਲੇ ਕਿ ਲਿਨਕਸ ਦੀ ਜਾਂ ਯੂਨਿਕਸ ਦੀ ਕਿਹੜੀ ਕਮਾਂਡ ਦੇ ਨਾਲ ਆਪਾਂ ਰੀਨੇਮ ਕਰਦੇ ਹਾਂ ਤਾਂ ਰੀਨੇਮ ਦੇ ਵਿੱਚ ਇਹਦੇ ਵਿੱਚ ਕੋਈ ਵੀ ਐਵੇਂ ਦੀ ਕਮਾਂਡ ਨਹੀਂ ਹੁੰਦੀ ਉਹ ਆਰ ਐਨ ਪਾਊਗਾ ਹਨਾ ਤਾਂ ਉਹਦੇ ਲਈ ਮੂਵ ਕਮਾਂਡ ਹੀ ਵਰਤੀ ਜਾਂਦੀ ਹੈ ਤਾਂ ਦੂਜੀ ਫਾਈਲ ਹੈ ਜਿਹੜੀ ਸਾਰੀ ਮੂਵ ਹੋ ਕੇ ਪਹਿਲੀ ਚਲੀ ਜਾਂਦੀ ਹੈ ਤਾਂ ਇਹ ਕਿਹ ਲੋ ਵੀ ਰੀਨੇਮ ਹੋ ਗਈ ਜੇ ਮੰਨ ਲਓ ਮੇਰੇ ਕੋਲੇ ਇੱਕ ਫਾਈਲ ਹੈ ਕੇ ਮੈਂ ਉਹਦਾ ਨਾਮ ਚੇਂਜ ਕਰਨਾ ਚਾਹਣਾ ਐਸ ਤਾਂ ਮੈਂ ਲਾ ਦੂੰਗਾ ਐਮ ਬੀ ਐਸ ਕੇ ਤਾਂ ਕੇ ਵਾਲੀ ਫਾਈਲ ਸਾਰੀ ਐਸ ਚ ਚਲੀ ਜਾਊਗਾ ਡਿਲੀਟ ਹੋ ਜੂ ਤਾਂ ਕੀ ਹੋ ਗਈ ਰੀਨੇਮ ਹੋ ਗਈ ਆਪਣੇ ਕੋਲੇ ਹੈਨਾ ਯਾਦ ਰੱਖਣੀ ਹੈ ਗੱਲ ਇਹ ਸੋ 18ਵਾਂ ਕੁਐਸਚਨ ਵਿੱਚ ਟੈਬ ਕੰਟੇਨ ਮੀਡੀਆ ਇਨ ਪਾਵਰਪੁਆਇੰਟ ਕਹਿੰਦਾ ਪਾਵਰਪੁਆਇੰਟ ਦੇ ਵਿੱਚ ਇਹ ਹੁਣ ਪਤਾ ਨਹੀਂਗਾ ਹਾਂ ਹਾਂ ਮੀਡੀਆ ਇਨ ਪਾਵਰਪੁਆਇੰਟ ਇਹ ਸੀਗਾ ਇਨਸਰਟ ਦੇ ਵਿੱਚ ਠੀਕ ਹੈ ਇਨਸਰਟ ਦੇ ਵਿੱਚ ਸੀਗਾ ਆ ਦੇਖੋ ਆ ਮੀਡੀਆ ਪੁੱਛ ਰਿਆ ਸੀ ਨਾ ਇਨਸਰਟ ਦੇ ਵਿੱਚ ਕਲੀਅਰ ਹੋਈ ਗੱਲ ਸੋ ਇੱਕ ਮਿੰਟ ਆਪਾਂ ਚੈੱਕ ਕਰ ਲੈਣੇ ਪਤਾ ਨਹੀਂ ਇਹ ਪਾਵਰਪੁਆਇੰਟ ਪੁੱਛਿਆ ਹੈ ਕਿ ਉਹਨੇ ਵਰਡ ਪੁੱਛਿਆ ਠੀਕ ਹੈ ਇੱਕ ਮਿੰਟ ਮੈਂ ਤੁਹਾਨੂੰ ਚੈੱਕ ਕਰਕੇ ਦੱਸਦਾ ਪਾਵਰਪੁਆਇੰਟ ਪੁੱਛਿਆ ਹੈ ਜਾਂ ਵਰਡ ਪੁੱਛਿਆ ਠੀਕ ਹੈ ਮੀਡੀਆ ਦਾ ਪੁੱਛਿਆ ਸੀਗਾ ਉਹਨੇ ਹੋਲਡ ਕਰਿਓ ਬਸ ਮਾੜਾ ਜਿਹਾ ਥੇਰੀ ਇਹੇ ਮੈਨੂੰ ਲੱਗਦਾ ਹੈ ਸ਼ਾਇਦ ਹਾਂ ਇਹ ਪਾਵਰਪੁਆਇੰਟ ਵਿੱਚ ਬਿਲਕੁਲ ਠੀਕ ਆ ਪਾਵਰਪੁਆਇੰਟ ਦੇ ਵਿੱਚ ਹੀ ਪੁੱਛਿਆ ਗਿਆ ਸੀ ਕਿਹੜੀ ਟੈਬ ਦੇ ਵਿੱਚ ਮੀਡੀਆ ਹੁੰਦਾ ਹੈ ਤਾਂ ਇਹ ਸੀਗਾ ਇਨਸਰਟ ਟੈਬ ਦੇ ਵਿੱਚ ਕਲੀਅਰ ਹੋਈ ਗੱਲ ਇਨ ਐਮ ਐਸ ਵਰਡ ਵਿੱਚ ਟੈਬ ਕੰਟੇਨ ਪੈਰਾਗ੍ਰਾਫ ਦੇਖੋ ਬੜਾ ਸੌਖਾ ਸੀ ਵਰਡ ਦੇ ਵਿੱਚ ਪੈਰਾਗ੍ਰਾਫ ਕਿੱਥੇ ਹੁੰਦਾ ਹੈ ਪੈਰਾਗ੍ਰਾਫ ਆਪਾਂ ਨੂੰ ਪਤਾ ਹੈ ਵੀ ਹੋਮ ਟੈਬ ਦੇ ਵਿੱਚ ਹੁੰਦਾ ਹੈ ਆਨਸਰ ਇਹ ਵੀ ਸੌਖਾ ਸੀ ਹੈਨਾ ਸੋ ਹੂ ਇਨਵੈਂਟਡ ਆਈ ਸੀ ਚਿਪ ਇਹ ਬੰਦਾ ਸੀਗਾ ਰੌਬਰਟ ਨਾਇਓਸੀ ਨੇ 1960 ਦੇ ਵਿੱਚ ਆਈ ਸੀ ਚਿਪ ਇਨਵੈਂਟ ਕੀਤੀ ਸੀ PC ਇੰਟਰੋਡਿਊਸ ਇਨ ਵਿਚ ਜਨਰੇਸ਼ਨ PC ਹੁੰਦਾ ਪਰਸਨਲ ਕੰਪਿਊਟਰ ਇਹ ਮੈਂ ਤੁਹਾਨੂੰ ਬਹੁਤ ਵਾਰੀ ਦੱਸਿਆ ਬਹੁਤ ਕੁਐਸਚਨ ਕਰਾਏ ਸੀਗੇ ਪਰਸਨਲ ਕੰਪਿਊਟਰ ਜਿਹੜਾ ਸੀ 1975 ਦੇ ਵਿੱਚ ਹੈਨਰੀ ਐਡਵਰਡ ਰੌਬਰਟ ਨੇ ਕੀਤਾ ਸੀ ਜਿਹੜਾ ਕਿ ਫਾਦਰ ਆਫ ਪਰਸਨਲ ਕੰਪਿਊਟਰ ਸੀ ਤਾਂ ਇਹ ਚੌਥੀ ਜਨਰੇਸ਼ਨ ਸੀ 75 ਦੇ ਵਿੱਚ ਠੀਕ ਹੈ ਮਾਊਸ ਵੀ ਚੌਥੀ ਜਨਰੇਸ਼ਨ ਦੇ ਵਿੱਚ ਸੀਗਾ 1973 ਦੇ ਵਿੱਚ ਤੇ ਪਰਸਨਲ ਕੰਪਿਊਟਰ ਵੀ ਚੌਥੀ ਜਨਰੇਸ਼ਨ ਦੇ ਵਿੱਚ ਸੀ ਠੀਕ ਆ ਅਗਲਾ ਇਨ ਐਮਐਸ ਵਰਡ ਵਿੱਚ ਟੈਬ ਕੰਟੇਨ ਸਟਾਈਲ ਹੁਣ ਇਹ ਹੀ ਨਹੀਂ ਪਤਾ ਵੀ ਸਟੂਡੈਂਟਸ ਨੇ ਮੈਨੂੰ ਕਿਸੇ ਨੇ ਤਾਂ ਮੈਨੂੰ ਇਹ ਵਰਡ ਦੇ ਵਿੱਚ ਦੱਸਿਆ ਮੈਂ ਵਰਡ ਵੀ ਲਿਖਤਾ ਵਰਡ ਦੇ ਵਿੱਚ ਜੇ ਸਟਾਈਲ ਪੁੱਛ ਲੂਗਾ ਕੰਟੇਨ ਦਾ ਸਟਾਈਲ ਹੈਨਾ ਤਾਂ ਇਹ ਸਟਾਈਲ ਫਿਰ ਤਾਂ ਆਨਸਰ ਆ ਜਾਊਗਾ ਹੋਮ ਟੈਬ ਤੇ ਜੇ ਆਪਾਂ ਨੂੰ ਪੁੱਛ ਲੂਗਾ ਪਾਵਰਪੁਆਇੰਟ ਦੇ ਵਿੱਚ ਜੇ ਪਾਵਰਪੁਆਇੰਟ ਚ ਪੁੱਛਿਆ ਹੋਇਆ ਤਾਂ ਸ਼ੇਪ ਫਾਰਮੈਟ ਦੇ ਵਿੱਚ ਸਟਾਈਲ ਹੁੰਦਾ ਹੈ ਸ਼ੇਪ ਸਟਾਈਲ ਕਰ ਦਿੰਦੇ ਆਪਾਂ ਠੀਕ ਆ ਆਹ ਸਟਾਈਲ ਹੁੰਦੇ ਨੇ ਆਪਾਂ ਕਰ ਸਕਦੇ ਹੁੰਦੇ ਆ ਸ਼ੇਪ ਫਾਰਮੈਟ ਠੀਕ ਹੈ ਸੋ ਹੋ ਸਕਦਾ ਇਹ ਮੈਨੂੰ ਕਲੀਅਰ ਨਹੀਂ ਹੈ ਮੈਂ ਤੁਹਾਡੇ ਤੇ ਛੱਡੀ ਹੈ ਗੱਲ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਕਿਹੜੇ ਟੈਬ ਦੇ ਵਿੱਚ ਪੁੱਛਿਆ ਕੀ ਇਹ ਪਾਵਰਪੁਆਇੰਟ ਚ ਪੁੱਛਿਆ ਸੀਗਾ ਕਿ ਆਪਣੇ ਕੋਲੇ ਵਰਡ ਦੇ ਵਿੱਚ ਪੁੱਛਿਆ ਸੀ ਐ ਲਿਖਿਓ ਨਾਲ ਵੀ ਜੇ ਪਾਵਰਪੁਆਇੰਟ ਤੇ ਲਿਖਿਆ ਹੋਇਆ ਤਾਂ ਉਹਦਾ ਆਨਸਰ ਪਾ ਦਿਓ ਸ਼ੇਪ ਫਾਰਮੈਟ ਜੇ ਵਰਡ ਤੇ ਲਿਖਿਆ ਹੋਇਆ ਤਾਂ ਨਾਲ ਪਾ ਦਿਓ ਹੋਮ ਠੀਕ ਹੈ ਤੇ ਇਹ ਸੀਗੇ ਜਿਹੜੇ ਮੈਨੂੰ ਜਿੰਨੇ ਕੁ ਕੁਐਸਚਨ ਸਟੂਡੈਂਟਸ ਨੇ ਦੱਸੇ ਆਪਾਂ ਡਿਸਕਸ ਕੀਤੇ ਨੇ ਤੇ ਬਾਕੀ ਦੇ ਜਿਹੜੇ ਕੁਐਸਚਨ ਰਹਿ ਗਏ ਤੇ ਤੁਸੀਂ ਉਹ ਵੀ ਮੈਨੂੰ ਕਮੈਂਟ ਕਰਕੇ ਨੀਚੇ ਦੱਸ ਸਕਦੇ ਹੋ ਮੈਂ ਉਹਨਾਂ ਦੇ ਆਨਸਰ ਦੱਸ